अगर कुछ नहीं आया कमल कहाँ जा रहा है? अभी कुछ कहना चाहते दो दिन के रिमांड पे भेज दिया गया है। कोई भी माड़ा नहीं कह सकता खंडे नु, थोनू भी पता कैसा गया जी वो खंडा बना लिया। अली क्या अली कहते गोलियां चलिया कल चली कोई? सर जी कोई गोलियां चली कुछ भी उठी खड़े जी थोनू सुनी कोई गोली उधर दी ले की कारण लगता है? ਮਾਂਗੜ ਸਾਹਿਬ ਲਿਵਿੰਗ ਇੰਡੀਆ ਥਰੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੋਈ ਤੁਹਾਡੀ ਗਲਤੀ ਸੀਗੀ? ਕੋਈ ਫਾਇਰਿੰਗ ਵਗੈਰਾ ਤਾਂ ਨਹੀਂ ਹੋਈ ਮੌਕੇ ਤੇ? ਨਹੀਂ ਸਰ ਕੋਈ ਫਾਇਰਿੰਗ ਦੋ ਦਿਨ ਕੁਛ ਨਹੀਂ ਹੋਇਆ। ਬਾਕੀ ਡਬਲਯੂਐਲ ਜਿੰਨੇ ਵੀ ਜਾਣੇ ਸਪੋਰਟ ਕਰਦੇ ਹੋ ਇਹੀ ਕਹਿਣਾ ਚਾਹੂੰਗਾ। ਆਜੋ ਸਾਈਡ ਤੇ ਆਜੋ ਬੇਟਾ, ਬਾਹਰ ਆਜੋ ਸਾਰੇ ਆਜੋ ਸਾਈਡ ਤੇ, ਕੋਈ ਨਹੀਂ ਕੋਈ ਇੱਧਰ ਆਜੋ ਨਾ ਸਰ, ਆਜੋ ਆਜੋ ਸਾਰੇ। धार्मिक भावना भड़काया तुसी कंडा जिहड़ा क्या जी असि थोनू भी पता वीडियो तुसी भी देखी ओहदे च मैं की क्या की नहीं। हां ते कोई फायरिंग नहीं हुई उत्थे? ਜੀ ਮੈਂ ਇਹਨਾਂ ਦੀ ਐਡਵੋਕੇਟ ਆ, ਐਲੀ ਮੈਂਗਟ ਤੇ ਦੂਸਰਾ ਜਿਹੜਾ ਮੁੰਡਾ ਸੀ ਹਰਦੀਪ ਸਿੰਘ ਸੀ ਤੇ ਮੈਡਮ ਅੱਜ ਜਿਹੜਾ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਹੈ। ਲੜਾਈ ਲਈ ਇਕਸਾਉਂਦੇ ਸੀਗੇ
ਉਹ ਪਹਿਲੇ ਜਿਹੜੀ ਰੰਮੀ ਹੈਗਾ ਉਹਦੀ ਤੇ ਐਫ ਆਈ ਆਰ ਹੋ ਚੁੱਕੀ ਹੈ, ਉਹਨੂੰ ਬੇਲ ਆਊਟ ਕਰ ਦਿੱਤਾ ਗਿਆ ਸੀ ਤੇ ਕੱਲ ਇਹ ਉੱਥੇ ਕਿਤੇ ਪਹੁੰਚਿਆ, ਉਹਨੇ ਇਹਨੂੰ ਆਪ ਚੈਲੰਜ ਕਰਾਇਆ, ਇਹਨੂੰ ਆਪ ਹੀ ਬੁਲਾਇਆ ਸੀ ਤੇ ਉੱਥੇ ਸਪੋਰਟਰ ਇਕੱਠੇ ਹੋ ਗਏ ਸੀ, 200-300 ਕੋਈ ਬੰਦਾ ਇਕੱਠਾ ਹੋਇਆ ਸੀ ਸਪੋਰਟਰ ਇਹਦੇ ਕੋਲੇ, ਹੀ ਵਾਜ਼ ਨੋਟ ਹੈਵਿੰਗ ਐਨੀ ਵੈਪਨ ਨਥਿੰਗ, ਐਂਡ 3-4 ਬੰਦੇ ਸੀ ਇਹ ਗੱਡੀ 'ਚੋਂ ਨਿਕਲ ਕੇ ਇਹ ਆਪ ਬਾਹਰ ਪੁਲਿਸ ਨੂੰ ਆਪ ਸਰੈਂਡਰ ਕੀਤਾ, ਇਹਨਾਂ ਦੇ ਪੁਲਿਸ ਦੇ ਨਾਲ ਆਪ ਇਹ ਬੈਠ ਕੇ ਗਏ ਆ ਉੱਥੇ। ਪੁਲਿਸ ਨੇ ਅੱਜ ਇਹ ਗੱਲ ਆਖੀ ਹੈ ਕਿ ਇੱਥੇ ਫਾਇਰਿੰਗ ਹੋਈ ਹੈ ਕੁਛ ਜੀ, ਅਤੇ ਅਸੀਂ ਕੋਈ ਵੈਪਨ ਰਿਕਵਰ ਕਰਨੇ, ਅਸੀਂ ਦੇਖਣਾ ਵੀ ਜੀ ਕੋਈ ਕੌਨਸਪੀਰੇਸੀ ਹੈ, ਸਟੇਟ ਦੀ ਜਿਹੜੀ ਪੀਸ ਹੈ ਉਹ ਬ੍ਰੀਚ ਹੋਈ ਹੈ। ਬਟ ਅਸੀਂ ਇਹੀ ਗੱਲ 'ਤੇ ਅਪੋਜ਼ ਕੀਤਾ ਹੈਗਾ ਕਿ ਉੱਥੇ ਜੇ 200 ਬੰਦੇ ਪਹਿਲਾਂ ਹੀ ਖੜ੍ਹੇ ਹੈਗੇ ਆ ਆਲਰੇਡੀ, ਅਤੇ ਪੁਲਿਸ ਨੇ ਉਹਨਾਂ 'ਤੇ ਕੋਈ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਲਿਆ? ਉਹ ਸਪੋਰਟਰ ਸੀਗੇ, ਉਹ ਨਾ ਇਹਨੂੰ ਕੋਈ ਜਾਣਦੇ ਸੀ ਨਾ ਕੁਝ ਸੀਗੇ ਜੀ। ਮੈਮ ਇਹ ਜਿਹੜੀ 295A ਲੱਗੀ ਹੈ, ਇਹ ਇਹਦਾ ਮਤਲਬ ਇਹ ਕਿਉਂ ਲਾਈ ਗਈ ਹੈ? 295A ਲਾਈ ਹੈ ਇਹਨੇ ਜੀ, ਪਹਿਲਾਂ ਇਹਨੇ ਉਹਨੂੰ ਕਿਹਾ ਸੀਗਾ ਵੀ ਤੇਰੇ ਗੱਲ ਦੇ ਵਿੱਚ ਕੈਂਠਾ ਪਾਇਆ ਹੋਇਆ, ਕੈਂਠੇ ਤੋਂ ਬਾਅਦ ਇਹਦੇ ਕਿਤੇ ਸਲਿਪ ਆਫ ਟੰਗ ਹੋ ਗਿਆ ਕਿ ਇਹਨੇ ਕਹਿਤਾ ਤੇਰੇ ਜਿਹੜਾ ਖੰਡਾ ਪਾਇਆ ਉਹਦੇ ਤੋਂ 295A ਜਿਹੜੀ ਇਹਨਾਂ ਨੇ ਐਡ ਕਰ ਦਿੱਤੀ। ਕੋਈ ਇੰਟੈਂਸ਼ਨ 2 ਦਿਨ ਦਾ, 2 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਜੀ ਇਹਨੂੰ। ਹਾਂਜੀ ਹਾਂਜੀ ਉਹੀ ਉਹੀ 295A ਦਾ ਹੀ ਮੈਂ ਦੱਸ ਰਹੀ ਹਾਂ ਜੀ। ਉਹ ਤਾਂ ਲਗਾਈ ਹੈ ਕਿ ਇਹਨੇ ਉਹਨੂੰ ਕੋਈ, ਉਹਨੇ ਕਹਿੰਦਾ ਤੂੰ 5 ਰੁਪਏ ਦਾ ਜਿਹੜਾ ਤੂੰ ਕੈਂਠਾ ਗੱਲ 'ਚ ਪਾਇਆ, ਉਹਨੇ ਪਹਿਲਾਂ ਕੈਂਠਾ ਗਿਆ ਅਤੇ ਉਹ ਫਿਰ ਉਹਦੇ ਮੂੰਹ 'ਚੋਂ ਨਿਕਲ ਗਿਆ ਕਿ ਖੰਡਾ ਪਾਇਆ, ਤੇ ਉਸ ਗੱਲ ਨੂੰ ਲੈ ਕੇ ਉਹ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਆਪਣੇ ਸਿੱਖ ਧਰਮ ਦੀਆਂ, ਤੇ ਉਸ ਗੱਲ ਨੂੰ ਇਹ ਕਹਿੰਦਾ ਵੀ ਮੈਂ ਇੰਟੈਂਸ਼ਨਲੀ ਨਹੀਂ ਸੀ ਗਿਆ ਸੀ। ਕਿਸ ਤਰ੍ਹਾਂ ਦੇ ਹਾਂਜੀ ਇਹੀ ਕੇਸ ਰੰਮੀ ਰਧਾਵਾ ਉਹਨਾਂ ਨੂੰ ਬੇਲ ਮਿਲ ਗਈ ਨਾਲ? ਹਾਂਜੀ ਹਾਂਜੀ ਇਹਨਾਂ ਨੂੰ ਅੱਜ 2 ਦਿਨ ਦਾ ਰਿਮਾਂਡ ਮਿਲਿਆ, ਤੁਸੀਂ ਕੀ ਦੇਖਦੇ? ਇਹਦੇ 'ਚ ਇਸ ਤਰ੍ਹਾਂ ਜੀ ਕਿ ਇਹ ਬਾਹਰ ਤੁਸੀਂ ਆਪਣਾ ਪੱਖ ਨਹੀਂ ਰੱਖ ਸਕਦੇ? ਨਹੀਂ ਅਸੀਂ ਤਾਂ ਦੇਖੋ ਜੀ ਪਹਿਲਾਂ ਅਵੇਲੇਬਲ ਅਫੈਂਸੀ ਸੀਗੀ, ਇਹਨਾਂ ਨੇ 295A ਲਾਈ ਹੈ, ਅਸੀਂ ਪੱਖ ਪੂਰਾ ਰੱਖਿਆ, ਬਟ ਕਿਉਂਕਿ ਇਹ ਫੋਰਨ ਕੰਟਰੀ ਤੋਂ ਆਇਆ ਹੈਗਾ ਇਸ ਕਰਕੇ ਇਹਦੇ ਨਾਲ ਬਾਇਸ ਰਹੀ ਹੈਗੀ ਆ ਪੁਲਿਸ ਵੀ, ਅਤੇ ਉਹਨਾਂ ਨੇ ਇਹਦੇ ਉੱਤੇ ਬਸ ਦੈਟਸ ਵਾਈ ਬਿਕੋਜ਼ ਹੀ ਹੈਜ਼ ਕਮ ਫਰੋਮ ਅਬਰੋਡ ਤੇ ਇਸ ਕਰਕੇ ਇਹਦੇ ਨਾਲ ਬਾਇਸ ਰਹੀ ਹੈ। ਇਹ ਕੈਨੇਡੀਅਨ PR ਹੈ ਜੀ। ਉਹਨਾਂ ਨੇ ਪਾਸਪੋਰਟ ਵੀ ਮੰਗਿਆ ਹੋਣਾ? ਨਹੀਂ ਕੋਰਟ ਨੇ ਇਹੋ ਜਿਹਾ ਤਾਂ ਹਜੇ ਕੋਈ ਆਰਡਰ ਨਹੀਂ ਕੀਤਾ, ਬਸ 2 ਦਿਨ ਦਾ ਰਿਮਾਂਡ ਦਿੱਤਾ ਜੀ। ਠੀਕ ਹੈ ਜੀ, ਠੀਕ ਹੈ।